ਦੋਸਤੋ ਸਾਰੇ ਗਰੁੱਪ ਮੈਂਬਰਸ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਦੋਸਤੋ ਅੱਜ ਇੱਕ ਛੋਟੇ ਜੀ ਗੱਲ ਦਾ ਸੁਝਾਅ ਲੈਣਾ ਚਾਹਨਾ ਤੁਹਾਡੇ ਕੋਲੋਂ। ਆਪਾਂ ਅਕਸਰ ਗਰੁੱਪਾਂ ਦੇ ਵਿੱਚ ਹੀ ਮਤਲਬ ਸੁਝਾਅ ਲਿਆ ਜਾ ਸਕਦਾ ਹੈ ਤੁਹਾਡੇ ਤੋਂ। ਬੇ ਕਾਫੀ ਟਾਈਮ ਤੋਂ ਆਪਾਂ ਦੇਖ ਰਹੇ ਹਾਂ ਕਿ ਭਾਰਗਵਾਨੀ ਡਿਪਾਰਟਮੈਂਟ ਵੱਲੋਂ ਕਾਫੀ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚੋਂ ਕਿ ਕੁਝ ਸਬਸਿਡੀਆਂ ਜਿਹੜੀਆਂ ਸਬਸਿਡੀਆਂ ਜਿਹੜੀਆਂ ਕਿ ਆਪਣੇ ਵਾਸਤੇ ਉਹਨੀਆਂ ਕਾਰਗਰ ਨਹੀਂ ਸਾਬਤ ਹੋ ਪਆਂਦੀਆਂ ਉਹ ਸਿਰਫ ਇੱਕ ਸਕੀਮ ਬਣ ਕੇ ਰਹਿ ਜਾਂਦੀ ਏ ਸ਼ਿਆ ਉਹ ਪੈਸਾ ਕਿਤੇ ਵੀ ਕੰਮ ਦਾ ਨਹੀਂ ਰਹਿ ਜਾਂਦਾ ਇਹ ਡਿਪਾਰਟਮੈਂਟ ਨੂੰ ਵੀ ਸਮਝ ਨਹੀਂ ਆਉਂਦੀ ਕਈ ਵਾਰੀ ਕਿ ਕਿਸ ਚੀਜ਼ ਤੇ ਦਿੱਤੀ ਜਾਏ ਜਿਹੜੀ ਕਿ ਕਿਸਾਨ ਦੇ ਵਾਸਤੇ ਜ਼ਿਆਦਾ ਅੱਛੀ ਏ ਤੇ ਮੇਰਾ ਇੱਕ ਸੋਚਣਾ ਇਹ ਹੈ ਵੀ ਅੱਜ ਦੇ ਦਿਨ ਜਿਸ ਤਰ੍ਹਾਂ ਕਿ ਵੈਕਸਿੰਗ ਪਲਾਂਟਾਂ ਤੇ ਸਬਸਿਡੀ ਦਿੱਤੀ ਜਾ ਰਹੀ ਏ ਜਿਹੜੀ ਡਿਪਾਰਟਮੈਂਟ ਵੱਲੋਂ ਕਰੋੜਾਂ ਦੇ ਵਿੱਚ ਆਂਦੀ ਏ ਜਿਹੜੀ ਕਿ ਉਹ ਸ਼ਾਇਦ ਇੱਕਦਾਂ ਫਾਰਮਰ ਹੀ ਉਹਦਾ ਵਾਦਾ ਲੈ ਪਾਉਂਦਾ ਤੇ ਜੇ ਕਰਕੇ ਅੱਜ ਦੇ ਯੁੱਗ ਵਿੱਚ ਬਾਗਾਂ ਦੇ ਵਿੱਚ ਸਭ ਤੋਂ ਜ਼ਿਆਦਾ ਵੱਡੀ ਸਮੱਸਿਆ ਫਲ ਪੱਕਣ ਤੇ ਫਲ ਚੋਰੀ ਹੋਉਂਦੀ ਜਾਂ ਆਵਾਰਾ ਪਸ਼ੂਆਂ ਦੇ ਬਾਗਾਂ ਦੇ ਵਿੱਚ ਆ ਕੇ ਨੁਕਸਾਨ ਕਰਨ ਦੀ ਵੀ ਇੱਕ ਬੜੀ ਵੱਡੀ ਸਮੱਸਿਆ ਹੈ ਤੇ ਕਿਉਂ ਨਾ ਆਪਾਂ ਬਾਗਬਾਨੀ ਵਿਭਾਗ ਡਾਇਰੈਕਟਰ ਹਾਰਟੀਕਲਚਰ ਮੈਡਮ ਨੂੰ ਮਤਲਬ ਇਹ ਮੰਗ ਰੱਖੀਏ ਕੀ ਬਾਗਾਂ ਦੀ ਤਾਰਬੰਦੀ ਔਰ ਪਿੱਲਰ ਵਗੈਰਾ ਜੋ ਸਿਸਟਮ ਹੈ ਜਾਂ ਜਿਹੜਾ ਚਟਕਾ ਤਾਰ ਹੁੰਦੀ ਹੈ ਜਿਸ ਤਰ੍ਹਾਂ ਕਰੰਟ ਵਾਲੀ ਥੋੜੀ ਜੀ ਹਲਕੇ ਕਰੰਟ ਵਾਲੀ ਇਹ ਉਹਨਾਂ ਚੀਜ਼ਾਂ ਦੇ ਵਾਸਤੇ ਆਪਾਂ ਸਬਸਿਡੀ ਮੰਗੀਏ ਵੀ ਤਾਂ ਕਿ ਹਰ ਕਿਸਾਨ ਦੀ ਜ਼ਰੂਰਤ ਵੀ ਹੈ ਔਰ ਮੇਰੇ ਖਿਆਲ ਸ਼ਾਇਦ ਇੱਕ ਨੈਸ਼ਨਲ ਐਗਰੀਕਲਚਰ ਬੋਰਡ ਦਿੰਦਾ ਵੀ ਸੀ ਇਹ ਫਾਈਨਾਂਸਿੰਗ ਵਾਸਤੇ ਪੈਸਾ ਤਾਂ ਕਿਉਂ ਨਾ ਪੰਜਾਬ ਗਵਰਨਮੈਂਟ ਨੇ ਵੀ ਜੋ ਸਬਸਿਡੀ ਦੇਣੀ ਹੈ ਆਪਾਂ ਨੂੰ ਉਹਦੇ ਵਿੱਚ ਹੋਰ ਚੀਜ਼ਾਂ ਨੂੰ ਛੱਡ ਕੇ ਮਤਲਬ ਜਿਸ ਤਰ੍ਹਾਂ ਕਿ ਲੋ ਮਤਲਬ ਹਰ ਹਰ ਕਿਸਾਨ ਦੇ ਕੋਈ ਚੀਜ਼ਾਂ ਹੈਗੀਆਂ ਐਸੀਆਂ ਜਿਹਦੇ ਤੇ ਸਬਸਿਡੀ ਮਿਲਦੀ ਉਹ ਸਿਰਫ ਕੁਝ ਕਿਸਾਨਾਂ ਦੇ ਵਾਸਤੇ ਹੀ ਮਤਲਬ ਜ਼ਰੂਰੀ ਹੁੰਦੀ ਹੈ ਇੱਕ ਤਾਰਬੰਦੀ ਇਹ ਜੀ ਯੋਜਨਾ ਹੈ ਜਿਹੜੀ ਕਿ ਹਰ ਕਿਸਾਨ ਦੇ ਅੱਜ ਦੇ ਦਿਨ ਮਤਲਬ ਮਜਬੂਰੀ ਬਣ ਗਈ ਹੈ ਇੱਕ ਉਹ ਤੇ ਇੱਕ ਇਹ ਸਹੀ ਸਰਕਾਰੀ ਤੌਰ ਤੇ ਪੈਮਾਈਸ਼ ਕਰਵਾ ਕੇ ਜਿੰਨੇ ਜਿਹਦੇ ਜਿਹਦਾ ਖੇਤ ਹੈ ਜਿੰਨੇ ਮੈਂਬਰਸ ਨੇ ਸਾਰਿਆਂ ਨੂੰ ਓਨੀਕ ਸਬਸਿਡੀ ਮਿਲੇ ਤਾਂ ਮੇਰੇ ਹਿਸਾਬ ਨਾਲ ਇਹ ਬਹੁਤ ਜ਼ਿਆਦਾ ਲਾਏਵੰਦ ਹੋ ਸਕਦੀ ਹੈ ਤੇ ਜੇ ਤੁਹਾਡਾ ਦੋਸਤੋ ਸੁਝਾਅ ਇਹ ਠੀਕ ਲੱਗੇ ਤੁਹਾਨੂੰ ਤਾਂ ਗਰੁੱਪਾਂ 'ਚ ਜ਼ਰੂਰ ਇਹਦੇ ਬਾਰੇ 'ਚ ਵਿਸਤਾਰ ਨਾਲ ਚਰਚਾ ਕਰਿਆ ਜੇ ਸਾਰੇ ਕੋਈ ਮਤਲਬ ਸ਼ਰਮ ਨਾ ਕਰਕੇ ਆਪਦੇ ਆਪਦੇ ਥੀਵਜ਼ ਜ਼ਰੂਰ ਦਿਆ ਜੇ ਥੈਂਕ ਯੂ